तन तन राम दास गुर जिन सिर आतने सवारिया। तन तन राम दास गुर जिन सिर आतने सवारिया। सत श्री अकाल सारिआं नूं, स्वागत है साडा अज दा यूट्यूब चैनल हाला टीवी ते। अज असीं आए हां गोल्डन टैंपल अमृतसर। देख सकते हैं किस तरीके इतने संगत आई हुई है अमृतसर मत्था टेकन वास्ते। बहुत ही वधिया माहौल है इतों का। बहुत वधिया तरीके देख सकते हैं, तुहानू असीं दिखा रहे हैं। बहुत ही दिनों के बाद असीं इतने गोल्डन टैंपल हरिमंदर साहब आए हैं मत्था टेकन के लिए। तुसी देख सकते हो कितनी बड़िया बड़िया इतने इमारतें बनी ने। बहुत सारिया दुकाना। तो ये ब्लॉग जो जो वीडियो मैं बहुत ही जल्दी पाने की कोशिश करूँगा। मेरे नाल आया मेरा छोटा ब्रदर नाल, जो कि चाचा ते चाची आए हुए ने नाल हरिमंदर साहब मत्था टेकन दे लई। इन्हें मेरी चाची मेरा ब्रदर देख सकते हो दुकाना इतने लगिया हुई ने। तुहानू अगे होर वीडियो खावांगे आपां। ते हुण बहुत आपां हरिमंदर साहब गुरद्वारा दे सामने आ चुके हैं। तुसीं देख सकते हो कि सामने जो कि जीलां वाला बाग है, ते जिथे कि अपने शहीद भरा उन्हां दी समाधि है। ते राह जो जांदा हरिमंदर साहब नूं वल जांदा। बहुत संगत इतने मत्था टेकन आँदी है, तो विदेशों के बच्चों भी बहुत संगत आँदी इतने मत्था टेकन के लिए। इस साइड आ जलियांवाला बाग तुसीं देख सकते हो, बहुत सारे दुकाना लगिया हुई। इस साइड जलियांवाला बाग है, असीं तुहानूं इस दे अंदर बाद विच दिखावांगे। तो सब तो पहले आपां गोल्डन टैंपल जावांगे। गोल्डन टैंपल के सामने यहाँ पे एक मंदिर है राम कृष्ण जी का, और इसके साथ ही में कुल्फी आइसक्रीम जो दुकानें लगी हुई हैं, ठंडे लस्सी जूस बहुत सारी खाने पीने की दुकानें भी हैं। उसके भी हम खाने पीने की चीज़ों की तुहानू वीडियो बनाएंगे। तो हुणे आपां आए हैं जोड़ा घर के विच जोड़े जमा कराउण दे लई। तुसी देख सकते हो इस तरफ जो गेट है अंदर जाने का, तो हुण आपां अंदर जांदी अंदर जाना हूँ गोल्डन टैंपल देखना है हरिमंदर साहब के दर्शन करने हैं। ये अंदर जाने का रास्ता देख सकते हो, सामने तुम देख सकते हो शानदार वीडियो गोल्डन टैंपल की। देख सकते हो गोल्डन टैंपल, और
ਅਸੀਂ ਇਸ਼ਨਾਨ ਕਰਾਂਗੇ। ਦਰਬਾਰ ਸਾਹਿਬ ਆਇਆ ਅਤੇ ਇਸ਼ਨਾਨ ਤਾਂ ਜ਼ਰੂਰ ਕਰਾਂਗੇ। ਤੁਸੀਂ ਦੇਖ ਸਕਦੇ ਹੋ ਚਾਰੋਂ ਤਰਫ ਬਲੌਕ ਵਿਖਾਵਾਂਗੇ ਸਾਹਮਣੇ, ਜੋ ਕਿ ਸਕਰੀਨ ਲੱਗੀ ਹੋਈ ਆ। ਤੁਸੀਂ ਵੇਖ ਸਕਦੇ ਹੋ ਬਹੁਤ ਸਾਰੀ ਸੰਗਤ ਮੱਥਾ ਟੇਕਣ ਦੇ ਵਾਸਤੇ ਆਉਂਦੀ ਆ, ਅਤੇ ਤੁਹਾਨੂੰ ਅਸੀਂ ਜੋ ਵਿਦੇਸ਼ੋਂ ਲੋਕ ਆਉਂਦੇ ਨੇ ਉਹ ਵੀ ਤੁਹਾਨੂੰ ਅਸੀਂ ਵਿਖਾਵਾਂਗੇ। ਇੱਥੇ ਹੀ ਚਾਰੋਂ ਤਰਫ ਜੋ ਕਿ ਵੀ ਜਲ ਸੇਵਾ ਪਾਣੀ ਦੀ ਸੇਵਾ ਲੱਗੀ ਹੋਈ ਆ ਗੁਰਦੁਆਰਿਆਂ ਵੱਲੋਂ, ਗੁਰਦੁਆਰਾ ਸਾਹਿਬ ਵੱਲੋਂ ਕਿ ਸੇਵਾ ਲੱਗੀ ਹੈ। ਅਤੇ ਇਹ ਜੋ ਤੁਸੀਂ ਵੱਡੀ ਇਮਾਰਤ ਦੇਖ ਰਹੇ ਹੋ ਤਾਂ ਇੱਧਰ ਦੀ ਸਾਈਡ ਜੋ ਲੰਗਰ ਹਾਲ ਆ ਉੱਧਰ ਵੀ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ। ਇੱਥੇ ਜਲ ਦੀ ਸੇਵਾ ਹੁੰਦੀ ਹੈ ਅਤੇ ਹੁਣ ਅਸੀਂ ਵੀ ਇੱਥੇ ਇਸ਼ਨਾਨ ਕਰਨ ਦੀ ਤਿਆਰੀ ਕਰਨ ਲੱਗੇ ਹਾਂ। ਤੁਸੀਂ ਸਾਹਮਣੇ ਦੇਖ ਸਕਦੇ ਹੋ ਸਕਦੇ ਤੁਸੀਂ ਇਸ ਸਾਈਡ ਲੰਗਰ ਹਾਲਾ ਅਤੇ ਪਹਿਲਾਂ ਆਪਾਂ ਮੱਥਾ ਟੇਕਣ ਜਾਵਾਂਗੇ। ਚਾਰੋਂ ਤਰਫ ਜੋ ਕਿ ਗੁਰਦੁਆਰਾ ਸਾਹਿਬ ਆਉਣ ਦਾ ਰਾਸਤਾ ਹੈਗਾ ਹੈ ਸਾਹਮਣੇ ਦੇਖ ਸਕਦੇ ਹੋ। ਹੁਣ ਅਸੀਂ ਮੱਥਾ ਟੇਕਣ ਲਈ ਜਾ ਰਹੇ ਹਾਂ ਅਤੇ ਛੋਟਾ ਬ੍ਰਦਰ ਜੋ ਕਿ ਪ੍ਰਸ਼ਾਦ ਲੈਣ ਜਾ ਰਿਹਾ ਹੈ, ਲੈਣ ਜਾ ਰਿਹਾ, ਲੈਣ ਗਿਆ ਹੈ। ਇੰਤਰਲੀ ਸਾਈਡ ਮੰਜੀ ਸਾਹਿਬ ਸ਼ਾਇਦ ਹੋ ਸਕਦਾ ਹੈ ਅਤੇ ਇੱਥੇ ਠੰਡਾ ਜਲ ਵਰਤਾਇਆ ਜਾਂਦਾ ਹੈ। ਜਲ ਛੱਕ ਕੇ ਫਿਰ ਅੱਗੇ ਜਾਣ ਦੀ ਤਿਆਰੀ ਕਰਾਂਗੇ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਦਾ ਸੀਸ ਇੱਥੇ ਭੇਟ ਕੀਤਾ ਸੀ, ਇਸ ਜਗ੍ਹਾ 'ਤੇ ਇਸ ਥਾਂ 'ਤੇ ਜੰਗ ਲੜਦੇ ਲੜਦੇ ਹਰਿਮੰਦਰ ਸਾਹਿਬ ਦੇ ਅੰਦਰ ਆਏ ਸੀ ਅਤੇ ਆਪਦਾ ਸੀਸ ਹਰਿਮੰਦਰ ਸਾਹਿਬ ਭੇਟ ਕਰਕੇ ਅਤੇ ਮੱਥਾ ਟੇਕਿਆ ਸੀ। ਗੁਰੂ ਰਾਮਦਾਸ ਜੀ ਦਾ ਬਹੁਤ ਹੀ ਵਧੀਆ ਸੁੰਦਰ ਬਣਾਇਆ ਹੋਇਆ ਗੁਰਦੁਆਰਾ। ਅਤੇ ਹੁਣ ਗੁਰਦੁਆਰੇ ਦੇ ਥੋੜ੍ਹੇ ਹੋਰ ਨਜ਼ਦੀਕ ਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੀ ਭੀੜ, ਜੋ ਕਿ ਪੂਰੀ ਐਂਡ ਤੱਕ ਤੋਂ ਨਹੀਂ ਆ, ਇਹ ਰਸਤਾ ਆਉਣ ਦਾ ਚਾਰੇ ਤਰਫ ਰਾਸਤੇ ਬਣੇ ਹੋਏ ਆ ਅਤੇ ਤੜਕੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਜੋ ਕਿ ਕੀਰਤਨ ਦਰਬਾਰ ਚੱਲਦਾ ਰਹਿੰਦਾ। ਤੁਸੀਂ ਇੱਥੇ ਦੇਖ ਸਕਦੇ ਇੱਥੇ ਕੜਾਹ ਪ੍ਰਸ਼ਾਦ ਮਿਲਦਾ ਹੈ, ਇੱਥੋਂ ਕੜਾਹ ਪ੍ਰਸ਼ਾਦ ਲੈ ਕੇ ਅਤੇ ਸਿੱਧਾ ਫਿਰ ਅੰਦਰ ਐਂਟਰ ਕਰਦੇ ਨੇ। ਬੀਬੀਆਂ ਵਾਸਤੇ ਅਲੱਗ ਅਤੇ ਪੁਰਸ਼ਾਂ ਵਾਸਤੇ ਅਲੱਗ ਬਣਾਉਂਦੇ ਨੇ। ਅਤੇ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਕਿ ਕੜਾਹ ਪ੍ਰਸ਼ਾਦ ਭੇਟ ਕੀਤੀ ਜਾਂਦੀ ਹੈ, ਪਹਿਲਾਂ ਉੱਥੋਂ ਕੜਾਹ ਪ੍ਰਸ਼ਾਦ ਪਰਚੀ ਦੇ ਨਾਲ ਲਈ ਜਾਂਦੀ, ਫਿਰ ਜਿੱਥੇ ਆਣ ਕੇ ਕੜਾਹ ਪ੍ਰਸ਼ਾਦ ਭੇਟ ਕੀਤੀ ਜਾਂਦੀ ਆ। ਤੁਸੀਂ ਦੇਖੋ ਬਾਅਦ ਭੀੜ ਵੀ ਹੁੰਦੀ ਇੱਥੇ, ਕੜਾਹ ਪ੍ਰਸ਼ਾਦ ਭੇਟ ਕੀਤੀ ਜਾਂਦੀ, ਜੋ ਕੜਾਹ ਪ੍ਰਸ਼ਾਦ ਦਾ ਭੋਗ ਲਵਾਇਆ ਜਾਂਦਾ। ਭੋਗ ਲਵਾ ਕੇ ਬਾਅਦ ਲਫਾਫਾ ਲੈਂਦੇ ਨੇ ਤਾਂ ਕਿ ਉਹਦੇ ਘਰ ਜਾ ਸਕੇ। ਲੰਗਰ ਹਾਲ 'ਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਆ ਚੁੱਕੇ ਹਾਂ ਸਾਰੀ ਸੰਗਤ ਲੰਗਰ ਛਕਦੇ ਹੋਏ ਅਤੇ
लाइव चल रहा गुरबाणी हरिमंदर साहब की। पार्किंग जान लगे जी उन्होंने।